ਵਟ ਯੰਗ ਇੰਡੀਆ ਵਾਂਟਸ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਨਵਦੀਪ ਕੌਰ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਆਪਣੇ ਯੂਥ ਯਾਨੀ ਨੌਜਵਾਨ ਪੀੜ੍ਹੀ ਤੋਂ ਉਹਨਾਂ ਦੇ ਕਿਸੇ ਵਿਸ਼ੇ ਜਾਂ ਮੁੱਦੇ ਸੰਬੰਧੀ ਉਹਨਾਂ ਦੇ ਵਿਚਾਰ ਲੈਂਦੇ ਹਾਂ। 26 ਜਨਵਰੀ ਜਿਸ ਨੂੰ ਕਿ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਇਸ ਦਿਵਸ ਨੂੰ ਮੁੱਖ ਬਣਾਉਣ ਦਾ ਮੁੱਖ ਉਦੇਸ਼ ਇਹ ਸੀ ਕਿ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। 26 ਜਨਵਰੀ 1950 ਤੋਂ ਲੈ ਕੇ ਅੱਜ ਤੱਕ ਅਸੀਂ ਇਸ ਦਿਵਸ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਅਤੇ ਅੱਗੇ ਵੀ ਮਨਾਉਂਦੇ ਰਹਾਂਗੇ। ਇਹ ਸਾਡੇ ਰਾਸ਼ਟਰੀ ਤਿਉਹਾਰਾਂ ਵਿੱਚੋਂ ਇੱਕ ਤਿਉਹਾਰ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ, ਮਹਿਕਮਿਆਂ, ਬੈਂਕਾਂ, ਸਕੂਲਾਂ, ਕਾਲਜਾਂ ਵਿੱਚ ਛੁੱਟੀ ਹੁੰਦੀ ਹੈ ਅਤੇ ਇਸ ਵਕਤ ਸਕੂਲਾਂ ਕਾਲਜਾਂ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਇਸ ਦੇ ਇਸ ਪ੍ਰੋਗਰਾਮ ਦਾ ਵਿਸ਼ੇਸ਼ ਸਮਾਰੋਹ ਨਵੀਂ ਦਿੱਲੀ ਵਿਖੇ ਕਰਾਇਆ ਜਾਂਦਾ ਹੈ, ਜਿੱਥੇ ਸਾਡੇ ਰਾਸ਼ਟਰਪਤੀ ਦੁਆਰਾ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਸੈਨਿਕਾਂ ਦੁਆਰਾ ਪਰੇਡ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਇਸ ਵਿੱਚ ਹਿੱਸਾ ਲੈਂਦੇ ਹਨ ਅਤੇ ਰਾਸ਼ਟਰਪਤੀ ਜੀ ਦੁਆਰਾ ਉਹਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ। ਅਤੇ ਅੱਜ ਅਸੀਂ ਆਪਾਂ ਗੱਲ ਕਰਾਂਗੇ ਕਿ ਸਾਡੇ ਯੂਥ ਦੀ ਉਹਨਾਂ ਦੇ ਗਣਤੰਤਰ ਦਿਵਸ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ, ਆਓ ਅਸੀਂ ਜਾਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਸ਼ਵੇਤਾ ਹੁੰਜਨ। ਸ਼ਵੇਤਾ ਜੀ, 26 ਜਨਵਰੀ ਨੂੰ ਅਸੀਂ ਕਿਉਂ ਮਨਾਉਂਦੇ ਹਾਂ? 26 ਜਨਵਰੀ ਸਾਡਾ ਰਿਪਬਲਿਕ ਡੇ ਹੈ, ਸਾਡਾ ਗਣਤੰਤਰ ਦਿਵਸ ਹੈ। ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਸਾਡੇ ਦੇਸ਼ ਆਜ਼ਾਦ ਹੋਣ ਤੋਂ ਬਾਅਦ 1947 ਤੋਂ ਬਾਦ ਦੇਸ਼ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਕਿੰਨੇ ਹੀ ਪ੍ਰੋਸੈਸ ਹੁੰਦੇ ਰਹੇ ਅਤੇ ਅੰਤ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ, ਜਿਸ 'ਚ ਸਾਡੇ ਰੂਲਸ ਨੇ, ਰੈਗੂਲੇਸ਼ਨਸ ਨੇ। ਅਤੇ ਸਾਨੂੰ ਇਹ ਲੱਗਦਾ ਕਿ ਜੇ ਸਾਡਾ ਦੇਸ਼ ਆਜ਼ਾਦ ਹੋਇਆ, ਪਰ ਸਾਡੇ ਸੰਵਿਧਾਨ ਬਣਨ ਤੋਂ ਬਾਅਦ ਸਾਨੂੰ ਪੂਰੀ ਆਜ਼ਾਦੀ ਮਿਲੀ ਹੈ ਅਤੇ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਸਾਨੂੰ ਇਹ ਦਿਨ ਮਿਲੇ, ਸਾਨੂੰ ਸੰਵਿਧਾਨ ਸਾਡਾ ਮਿਲਿਆ ਅਤੇ ਅਸੀਂ ਇਸਨੂੰ ਹਰ ਸਾਲ ਬੜੀ ਖੁਸ਼ੀ ਨਾਲ ਮਨਾਉਂਦੇ ਹਾਂ ਅਤੇ ਮਨਾਉਂਦੇ ਰਹਾਂਗੇ। ਠੀਕ ਹੈ, ਥੈਂਕ ਯੂ ਜੀ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਸੰਵਿਧਾਨ ਲਾਗੂ ਹੋਣ ਦਾ ਮੁੱਖ ਮੰਤਵ ਇਹ ਸੀ ਕਿ ਸਾਨੂੰ ਸਾਡੇ ਕਾਨੂੰਨ ਜਾਂ ਨਿਯਮ ਪਤਾ ਲੱਗੇ, ਕਿਉਂਕਿ ਕੋਈ ਵੀ ਕੰਮ ਉਹ ਤੱਕ ਸਿਰੇ ਨਹੀਂ ਚੜ੍ਹ ਸਕਦਾ ਜੇਕਰ ਅਸੀਂ ਉਸਦੇ ਕੰਮ ਨੂੰ ਕਰਨ ਦੇ ਲਈ ਕੋਈ ਨਿਯਮ ਜਾਂ ਕੋਈ ਕਾਨੂੰਨ ਨਹੀਂ ਹੁੰਦੇ। ਆਹ ਹੁਣ ਅਸੀਂ ਇਸ ਵਿਸ਼ੇ ਬਾਰੇ ਕਿਸੇ ਹੋਰ ਬੁਲਾਰੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮਨਜਿੰਦਰ ਸਿੰਘ। ਮਨਜਿੰਦਰ ਜੀ, ਤੁਸੀਂ ਰਿਪਬਲਿਕ ਡੇ ਕਿਵੇਂ ਸੈਲੀਬ੍ਰੇਟ ਕਰਦੇ ਹੋ ਜੀ? ਅਸੀਂ ਪਹਿਲਾਂ ਆਪਣੇ ਹਲਕੇ ਵਿੱਚ ਜਾ ਕੇ ਉੱਥੇ ਰਿਪਬਲਿਕ ਡੇ 'ਤੇ ਦੇਖਦੇ ਹਾਂ ਵੀ ਕਿੱਦਾਂ ਦੇ ਪ੍ਰੋਗਰਾਮ ਨੇ, ਅਤੇ ਉੱਥੇ ਜੋ ਵੀ ਕੁਛ ਹੁੰਦਾ ਉਹਨੂੰ ਆਪਣੇ ਫਰੈਂਡਾਂ ਨੂੰ ਵੀ ਦੱਸਦੇ ਹਾਂ ਅਤੇ ਜੋ ਵੀ ਨਿਊਜ਼ 'ਚ ਆਉਂਦਾ ਉਹ ਵੀ ਅਸੀਂ ਦੇਖਦੇ ਹਾਂ ਅਤੇ ਸਪੈਸ਼ਲ ਦਿੱਲੀ ਦਾ ਪ੍ਰੋਗਰਾਮ ਵੀ ਦੇਖਦੇ ਹਾਂ। ਠੀਕ ਹੈ ਜੀ, ਦਿੱਲੀ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੋਊਗਾ, ਡੀ ਡੀ ਨੈਸ਼ਨਲ ਚੈਨਲ 'ਤੇ ਲਾਈਵ ਆਉਂਦਾ ਹੈ। ਕਿ ਤੁਸੀਂ ਕਦੀ ਪ੍ਰੋਗਰਾਮ ਸਾਰਾ ਦੇਖਿਆ ਜੀ? ਹਾਂਜੀ। ਠੀਕ ਹੈ, ਤਾਂ ਧੰਨਵਾਦ ਤੁਹਾਡਾ। ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਇਹ ਇਹਨਾਂ ਦੇ ਇਲਾਕੇ ਦੇ ਵਿੱਚ ਜਾ ਕੇ ਉੱਥੇ ਜਿੱਥੇ ਪ੍ਰੋਗਰਾਮ ਹੁੰਦਾ 26 ਜਨਵਰੀ ਉਹ ਮਨਾਉਂਦੇ ਨੇ, ਦੇਖਦੇ ਨੇ ਅਤੇ ਆਪਣੇ ਉਸਦੇ ਪ੍ਰਤੀ ਵਿਚਾਰ ਆਪਣੇ ਫਰੈਂਡਸ ਨਾਲ ਸਾਂਝੇ ਕਰਦੇ ਨੇ। ਅਤੇ ਡੀ ਨੈਸ਼ਨਲ 'ਤੇ ਜਿਹੜਾ ਕਿ ਇਸਦਾ ਲਾਈਵ ਟੈਲੀਕਾਸਟ ਹੁੰਦਾ, ਲੋਕ ਸਵੇਰ ਤੋਂ ਹੀ ਜੁੜ ਜਾਂਦੇ ਨੇ ਅਤੇ ਲੱਖਾਂ ਦੀ ਤਾਦਾਦ ਵਿੱਚ ਉੱਥੇ ਵੀ ਲੋਕ ਇਕੱਠੇ ਹੁੰਦੇ ਨੇ ਇਸ ਦਿਵਸ ਨੂੰ ਦੇਖਣ ਦੇ ਲਈ। ਲੋਕਾਂ ਵਿੱਚ ਮਹਾ ਉਤਸ਼ਾਹ ਹੁੰਦਾ ਹੈ ਕਿ ਜਿਸਦਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਤੇ ਤੁਸੀਂ ਇਸ ਛੁੱਟੀ ਦੇ ਦਿਨ ਨੂੰ ਕਿਸ ਤਰ੍ਹਾਂ ਮਨਾਉਂਦੇ ਹੋ? ਸਭ ਤੋਂ ਪਹਿਲਾਂ ਜਿਵੇਂ ਆਪਾਂ ਨੂੰ ਪਤਾ ਵੱਖ ਵੱਖ ਨਿਊਜ਼ ਚੈਨਲ 'ਤੇ ਰਿਪਬਲਿਕ ਡੇ ਕਿਵੇਂ ਮਨਾਇਆ ਜਾਂਦਾ ਆਉਂਦਾ ਅਤੇ ਅਸੀਂ ਲਾਈਵ ਦੇਖਦੇ ਹਾਂ। ਮੋਸਟਲੀ ਡੀ ਨੈਸ਼ਨਲ 'ਤੇ ਅਸੀਂ ਦੇਖਦੇ ਹਾਂ, ਉੱਥੇ ਦਿੱਲੀ ਤੋਂ ਲਾਈਵ ਆਉਂਦਾ ਅਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਅਸੀਂ ਇਸ ਦੇਸ਼ ਦੇ ਨਾਗਰਿਕ ਹੈ ਅਤੇ ਅਸੀਂ ਸਾਰੇ ਮਿਲ ਕੇ ਅਤੇ ਆਪਣੇ ਫਰੈਂਡਸ ਨਾਲ, ਫੈਮਿਲੀ ਮੈਂਬਰਸ ਨਾਲ ਰਿਪਬਲਿਕ ਡੇ ਦੇਖਦੇ ਹਾਂ ਅਤੇ ਮਨਾਉਂਦੇ ਹਾਂ। ਅਤੇ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਟਾਈਮ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? ਡਾਕਟਰ ਰਾਜਿੰਦਰ ਪ੍ਰਸਾਦ। ਅਤੇ ਪਹਿਲੇ ਪ੍ਰਧਾਨ ਮੰਤਰੀ ਜੀ? ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਧੰਨਵਾਦ। ਜਿਵੇਂ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਡਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸੰਵਿਧਾਨ ਦਾ ਪਿਤਾ ਮਾਂ ਕਿਹਾ ਜਾਂਦਾ ਹੈ। ਅਤੇ ਇਸ ਦੇ ਸੰਬੰਧ ਵਿੱਚ ਅਸੀਂ ਹੋਰ ਨੌਜਵਾਨਾਂ ਨਾਲ ਕੁਝ ਹੋਰ ਡੂੰਘੇ ਵਿਚਾਰ ਸਾਂਝੇ ਕਰਦੇ ਹਾਂ। ਰਿਪਬਲਿਕ ਡੇ ਇੰਡੀਆ 26 ਜਨਵਰੀ ਨੂੰ ਮਨਾਇਆ ਜਾਂਦਾ ਹੈ, ਵਿਚ ਵਾਸ ਬੀਨ ਅਲੋਕੇਟਿਡ ਹੂ ਇਸ ਕਾਲਡ ਦ ਫਾਦਰ ਆਫ ਰਿਪਬਲਿਕ ਡੇ ਇਸ ਡਾਕਟਰ ਬੀ ਆਰ ਅੰਬੇਦਕਰ ਹੂ ਹੈਵ ਗਿਵਨ ਆਲ ਦੀ ਰੈਗੂਲੇਸ਼ਨਸ ਟੂ ਇੰਡੀਆ ਐਂਡ ਇਟ ਟੁੱਕ ਅਰਾਊਂਡ 2.5 ਈਅਰਸ ਫੋਰ ਇੰਪਲੀਮੈਂਟਿੰਗ ਦੀਸ ਰੈਗੂਲੇਸ਼ਨਸ ਔਨ 26 ਜਨਵਰੀ ਐਂਡ ਔਨ 26 ਜਨਵਰੀ ਦੀਸ ਆਲ ਰੈਗੂਲੇਸ਼ਨਸ ਆਰ ਇੰਪਲੀਮੈਂਟਿਡ ਔਨ ਇੰਡੀਆ। ਸਾਨੂੰ ਸਾਡੇ ਸੰਵਿਧਾਨ ਵਿੱਚ ਬਹੁਤ ਸਾਰੇ ਅਧਿਕਾਰ ਅਤੇ ਸਾਡੇ ਕਰਤੱਵ ਦੱਸੇ ਗਏ ਨੇ, ਰਾਈਟਸ, ਅਤੇ ਕੀ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ? The first among these rights is right to freedom. The right to freedom, 1947, after when the British left India and we got independence, and after that these rights are regulations are made for India so that non-violence should not be there. Everyone should live freely and without any pressure from anyone. So before India is living under British, so they have a lot of pressure. So that's why these rules are being made in by India so that everyone can live peacefully and have a prosperous life on their rules.
ਤੁਹਾਨੂੰ ਕੀ ਲੱਗਦਾ ਕਿ ਭਾਰਤ ਦੁਨੀ ਵਿਸ਼ਵ ਦੇ ਸਾਰੇ ਦੇਸ਼ਾਂ 'ਚੋਂ ਲੋਕਤੰਤਰੀ ਪ੍ਰਣਾਲੀ ਸਭ ਤੋਂ ਵੱਡਾ ਦੇਸ਼ ਹੈ? ਆਈ ਥਿੰਕ ਸੋ, ਬਿਕੋਜ਼ ਇੰਡੀਆ ਇਜ਼ ਅ ਕੰਟਰੀ ਆਫ ਕਲਚਰਸ, ਲੈਂਡ ਐਂਡ ਡਾਇਵਰਸਿਟੀ. ਦੀਸ ਕਲਚਰਸ ਵੀ ਡੋਂਟ ਸੀ ਯੂਸ ਟੂ ਸੀ ਇਨ ਮੈਨੀ ਆਫ ਦ ਕੰਟਰੀਜ਼ ਐਕਸੈਪਟ ਇੰਡੀਆ, ਬਿਕੋਜ਼ ਹੇਅਰ ਵੀ ਸੀ ਦ ਰਿਲੇਸ਼ਨਸ ਆਫ ਮਦਰ, ਫਾਦਰ, ਫੈਮਿਲੀ, ਸਿਸਟਰ, ਬ੍ਰਦਰ. ਐਂਡ ਇਫ ਯੂ ਗੋ ਆਊਟਸਾਈਡ ਇੰਡੀਆ, ਦੇਰ ਆਰ ਓਨਲੀ 4 to 5 ਕੰਟਰੀਜ਼ ਵਿਚ ਹੈਵ ਸੀ ਸੇਮ ਕਲਚਰ ਐਂਡ ਐਕਸੈਪਟ ਦੇਰ ਆਰ ਆਲ ਆਫ ਆਲ ਇਨ ਵੈਸਟਰਨ ਕਲਚਰ. ਦੈਟਸ ਇਟ. ਓਕੇ, ਥੈਂਕ ਯੂ. ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਸਾਡੇ ਸੰਵਿਧਾਨ ਦੇ ਪਿਤਾਮਾ ਡਾਕਟਰ ਬੀ ਆਰ ਅੰਬੇਦਕਰ ਜੀ ਸਨ, ਅਤੇ ਸਾਡੇ ਸੰਵਿਧਾਨ ਨੂੰ ਬਣਨ ਵਿੱਚ 2.5 ਸਾਲ, ਲਗਭਗ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਸੀ. ਭਾਰਤ ਇੱਕ ਲੋਕਤੰਤਰ ਦੀ ਪ੍ਰਣਾਲੀ ਦੇਸ਼ ਹੈ ਜਿੱਥੇ ਸਰਕਾਰ ਲੋਕਾਂ ਦੇ ਦੁਆਰਾ ਅਤੇ ਲੋਕਾਂ ਲਈ ਚੁਣੀ ਜਾਂਦੀ ਹੈ. ਇਸਦੇ ਸੰਵਿਧਾਨ ਦੇ ਵਿੱਚ, ਇਸਦੇ ਨਾਲ ਹੀ ਸਾਨੂੰ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਨੇ, ਜਿਵੇਂ ਅਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾ ਸਕਦੇ ਹਾਂ ਬਿਨਾਂ ਕਿਸੇ ਨੂੰ ਕਿਤੇ, ਅਸੀਂ ਆਪਣਾ ਧਰਮ ਤਬਦੀਲ ਕਰ ਸਕਦੇ ਹਾਂ, ਸਾਨੂੰ ਸਿੱਖਿਆ ਕਰਨ ਲੈਣ ਦਾ ਅਧਿਕਾਰ ਹੈ, ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ. ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਸੰਵਿਧਾਨ ਵਿੱਚ ਇੰਨੇ ਕੁ ਰੂਲ ਦਿੱਤੇ ਗਏ ਨੇ ਜਾਂ ਇੰਨੇ ਕੁ ਰਾਈਟਸ ਦਿੱਤੇ ਗਏ ਨੇ ਕਿ ਅਸੀਂ ਆਪਣੀ ਜੀਵਨ ਨੂੰ ਖੁੱਲ੍ਹ ਕੇ ਸੁਤੰਤਰਤਾ ਨਾਲ ਜੀ ਸਕਦੇ ਹਾਂ. ਇਸ ਦੇ ਨਾਲ ਹੀ ਅਸੀਂ ਕੁਝ ਹੋਰ ਵਿਚਾਰ ਸਾਂਝੇ ਕਰਨ ਲਈ ਆਪਾਂ ਕੁਝ ਹੋਰ ਨੌਜਵਾਨਾਂ ਨਾਲ ਜੁੜਦੇ ਹਾਂ. ਆਓ ਉਹਨਾਂ ਨਾਲ ਗੱਲ ਕਰੀਏ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. ਤੁਹਾਡਾ ਨਾਮ? ਅਨਮੋਲ ਨਾਗਪਾਲੀ. ਅਨਮੋਲ ਜੀ, ਅਨਮੋਲ ਜੀ, ਤੁਹਾਨੂੰ ਪਤਾ ਸਾਡੇ ਪੰਜਾਬ ਦੇ ਪਹਿਲੇ CM ਕੌਣ ਸੀ? ਗੋਪੀ ਚੰਦ ਭਾਰਗਵ, ਕਾਂਗਰਸ ਪਾਰਟੀ. ਠੀਕ ਹੈ, ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੀ ਸੀ. ਅਤੇ ਅੱਜ ਤੁਹਾਨੂੰ ਪਤਾ 26 ਜਨਵਰੀ ਹੈ, ਅਤੇ ਤੁਸੀਂ 26 ਜਨਵਰੀ ਦੇ ਸੰਬੰਧ ਵਿੱਚ ਦਿੱਲੀ ਵਿਖੇ ਵਿਸ਼ੇਸ਼ ਪ੍ਰੋਗਰਾਮ ਹੁੰਦਾ, ਤੁਸੀਂ ਕਦੀ ਉਹ ਪ੍ਰੋਗਰਾਮ ਦੇਖਿਆ? ਹਾਂਜੀ, ਮੈਂ ਹਰ ਸਾਲ DD ਪਰ ਲਾਈਵ ਦੇਖਦਾ ਪ੍ਰੋਗਰਾਮ. ਝਾਕੀਆਂ ਨਿਕਲਦੀਆਂ, ਬੜਾ ਮਾਣ ਜਿਹਾ ਫੀਲ ਹੁੰਦਾ ਨਾ ਆਪਣੇ ਇੰਡੀਆ ਦੇ ਪ੍ਰਾਈਡ ਡਿਫੈਂਸ ਦੇਖਣਾ, ਜਦ ਆਰਮੀ ਦੀ ਝਾਕੀਆਂ ਨਿਕਲਦੀਆਂ, ਸੈਂਟਰਲ ਆਰਮ ਪੁਲਿਸ ਫੋਰਸ ਦੀਆਂ ਝਾਕੀਆਂ ਨਿਕਲਦੀਆਂ, CRPF, CISF ਦੀ, ਬੜਾ ਪ੍ਰਾਈਡ ਜਿਹਾ ਫੀਲ ਹੁੰਦਾ. ਉਦੋਂ ਐਂ ਲੱਗਦਾ ਕਿ ਇੰਡੀਆ ਪਾਵਰਫੁਲ ਨੇਸ਼ਨ ਹੈ ਇੱਕ, ਉਹਨੂੰ ਦੇਸ਼ ਦੀ ਤਾਕਤ ਦਾ ਪਤਾ ਲੱਗਦਾ, ਦੇਸ਼ ਦੀ ਇਕਜੁੱਟਤਾ ਦਾ ਪਤਾ ਲੱਗਦਾ, ਕਿਵੇਂ ਅਲੱਗ ਅਲੱਗ ਸਟੇਟਸ ਆਪਣੀ ਝਾਕੀ ਆਪਣੇ ਕਲਚਰ ਨੂੰ ਪੇਸ਼ ਕਰਦੀ. ਸੋ ਇਸ ਤਰ੍ਹਾਂ ਅੱਜ ਅਸੀਂ ਆਪਣੇ ਨੌਜਵਾਨਾਂ ਤੋਂ ਗਣਤੰਤਰ ਦਿਵਸ ਨੂੰ ਕਿਸ ਤਰ੍ਹਾਂ ਮਨਾਉਂਦੇ ਨੇ ਉਹਨਾਂ ਦੇ ਵਿਚਾਰ ਸਾਂਝੇ ਕੀਤੇ. ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ. ਨਵਾਂ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਵਾਂਗੇ. ਤਦ ਤੱਕ ਲਈ ਦਿਓ ਇਜਾਜ਼ਤ. ਧੰਨਵਾਦ.